ਹਾਂਜੀ ਹਾਂਜੀ ਸੰਜੀਵ ਗੋਇਲ, ਕੀ ਹਾਲ ਚਾਲ ਆ ਬਾਈ? ਜਿਹੜੇ ਸੰਗਰੂਰ ਦੀ ਬੜੀ ਟਾਪ ਦੀ ਟੀਮ ਹੈ, ਔਰ ਸਾਹਮਣੇ ਤੱਕਾਂਗੇ ਆਪਾਂ ਮੁੰਡੇ ਚੈਣੇਵਾਲ ਪਿੰਡ ਦੇ ਔਰ ਜਿਹੜੇ ਮਾਨਸੇ ਦੀ ਬੜੀ ਟਾਪ ਦੀ ਟੀਮ ਹੈ। ਟੱਕਰ ਵਾਕਿਆ ਚੋਟੀ ਦੀ ਖੇਡੀ ਜਾਣੀ ਹੈ ਤੇ ਗੱਲਾਂ ਲੱਗਣੀਆਂ ਟਿਕਾਣੇ। ਇੱਕ ਪਾਸੇ ਮਾਜਰੇ ਪਿੰਡ ਦਾ ਛੋਟੂ ਖੇਡਦਾ ਆਪਾਂ ਕਹਿ ਦੀ, ਬਾਹਰੋਂ ਸੱਜੇ ਮੁੰਡੇ ਦੇ ਔਰ ਗੱਲਾਂ ਲਾਈਆਂ ਟਿਕਾਣੇ। ਇਹਦੇ ਪਾਸੇ ਸਤੀਰ ਵਾਲਾ ਪਿੰਡ ਸਚਿਨ ਦਾ ਔਰ ਗੱਲਾਂ ਲੱਗਣੀਆਂ ਟਿਕਾਣੇ। ਰਾਕੇ ਮੈਂ ਜਿਹੜਾ ਚੋਟੀ ਦਾ ਖੇਡਿਆ ਜਾਣਾ ਹੈ, ਜੰਪੀ ਵਰਗੇ ਮੁੰਡੇ ਔਰ ਲਾਡੀ ਵਰਗੇ ਮੁੰਡੇ, ਇਹਦੇ ਪਾਸੇ ਸੁਖਦੀਪ ਵਰਗਿਆਂ ਨੇ ਖੇਡਣਾ ਹੈ ਤੇ ਗੱਲਾਂ ਲੱਗਣੀਆਂ ਟਿਕਾਣੇ। ਕਿਤੇ ਰਾਜਵਿੰਦਰ ਵੀ ਪੁੱਜਿਆ ਅੱਜ ਤੇ ਗੱਲਾਂ ਲੱਗਦੀਆਂ ਟਿਕਾਣੇ। ਮੈਂ ਟਾਪ ਦਾ ਖੇਡਿਆ ਜਾਣਾ ਹੈ, ਦੋ ਨੰਬਰ ਗਰਾਊਂਡ ਦੀ ਟੀਮਾਂ ਵੀ ਆਈਏ ਜਲਦੀ ਨਾਲ ਆ ਗਈਆਂ ਜੀ। ਰੈਫਰੀ ਆਓ ਜੀ, ਰੈਫਰੀ ਪਹੁੰਚ ਗਿਆ ਜੀ, ਰਹਿੰਦੇ ਖਿਡਾਰੀ ਆਓ ਜਲਦੀ ਨਾਲ ਮੈਚ ਦੀ ਕਰੀਏ ਸ਼ੁਰੂਆਤ ਆਪਾਂ। ਰਹਿੰਦੇ ਖਿਡਾਰੀਆਂ ਨੂੰ ਬੇਨਤੀ ਸਾਡੀ ਦੋ ਨੰਬਰ ਗਰਾਊਂਡ ਦੇ ਵਿੱਚ ਜਿਹੜਾ ਮੈਚ ਖੇਡੇ ਜਾਣਾ ਤੇ ਜਲਦੀ ਨਾਲ ਪਹੁੰਚਾਂਗੇ ਆਪਾਂ। ਇਹਦੇ ਪਾਸੇ ਵੀ ਟੱਕਰ ਬੜੀ ਜਿਹੜੀ ਖੇਡੀ ਜਾ ਰਹੀ ਹੈ, ਦਿਖਾਵਾਂਗੇ ਤੁਹਾਨੂੰ ਆਹ ਮੈਚ ਦੇ ਬਾਅਦ ਜੱਸੇ ਦਾ ਮੈਚ ਦਿਖਾਵਾਂਗੇ ਬਾਈ। ਡਿਫੈਂਸ ਯਾਰ ਬਹੁਤ ਤਕੜਾ ਡਿਫੈਂਸ ਕੀਤਾ ਜਿਹੜਾ ਆਪਣੇ ਬਾਈ ਯਾਰ, ਟੌਪ ਦੀ ਬਾਲ ਫੜੀ ਹੈ। ਕਰ ਦੋ ਸ਼ੇਅਰ ਕਰ ਦੋ, ਹਜੇ ਤਾਂ ਮੇਰੇ ਸ਼ੁਰੂਆਤ ਹੀ ਆ ਜੰਗ ਦੀ। ਅੱਗੇ ਅੱਗੇ ਦੇਖੋ ਬਣਦਾ ਕੀ ਆ, ਐਨ ਸ਼ੁਰੂਆਤ ਜੀ, ਟਾਪਾ ਕਰਤਾ ਮੁੰਡਿਆਂ ਨੇ। ਚੰਡੀਗੜ੍ਹ ਪੜ੍ਹ ਰਹੇ ਚੰਡੀਗੜ੍ਹ ਪੜ੍ਹ ਰਹੇ
ਪੁਆਇੰਟ ਵੀਰੇ 3-0 ਆ ਮੇਰੇ ਹਿਸਾਬ ਨਾਲ, ਕਹਿੰਦੇ 3 ਪੁਆਇੰਟ ਬਈਏ ਦੇ ਖਾਤੇ ਆ ਬਈ, ਚੈਨੇ ਵਾਲੇ ਦੇ 0 ਆ। ਆਊਟ ਬਾਲ ਸਰਵਿਸ ਫਿਰ ਚੇਂਜ ਹੋ ਗਈ। ਹੈਲੋ ਲਓ ਇੰਦਰ ਵੀ ਟਾਲ ਦੇ ਮੈਂ ਦੀ ਸ਼ੁਰੂਆਤ ਹੋਈ। ਆਪਾਂ ਤੱਕਦੇ ਹਾਂ ਜ਼ਿਲ੍ਹੇ ਸੰਗਰੂਰ ਦੀ ਟੀਮ ਤੇ ਜ਼ਿਲ੍ਹੇ ਆਪਾਂ ਤੱਕਦੇ ਮਾਨਸੇ ਦੀ ਟੀਮ ਜਿਹੜੀ ਆਪਣੇ ਸਾਹਮਣੇ ਹੋ ਗਈ ਹੈ। ਇੱਕ ਪਾਸੇ ਮਾਜਰੇ ਦਾ ਛੋਟੂ ਖੇਡਦਾ, ਦੂਜੇ ਪਾਸੇ ਆਪਣੇ ਸਤੀਰਾਂ ਵਾਲੀ ਪਿੰਡ ਦਾ ਸੱਜਣ ਖੇਡਦਾ ਹੈ। ਟਾਊਨ ਦੀ ਟੱਕਰ ਹੋਣੀਆਂ ਹੈ, ਆਓ ਸਾਹਮਣੇ ਗੱਲਾਂ ਲੱਗਣੀਆਂ ਟਿਕਾਣੇ ਆ ਮੈਚ ਦੇ ਵਿੱਚ ਵਾਕਿਆ ਫਾਈਨਲ ਵਰਗੀ ਜੰਗ ਜਿਹੜੀ ਆਪਾਂ ਕਦੀ ਪ੍ਰੀ ਕੁਆਟਰ ਦੇ ਵਿੱਚ ਦੇਖਣ ਨੂੰ ਮਿਲਣੀਆਂ ਹੈ ਤੇ ਗੱਲਾਂ ਲੱਗਣੀਆਂ ਟਿਕਾਣੇ ਵੀ ਮੈਚ ਹੋਣਗੇ ਟਿਕਾਣੇ ਜਾਂ ਟਾਉਣਗੇ ਪਤਾ ਲੱਗ ਜੂ ਕਿੰਨਾ ਕੁ ਡੂੰਘਾ ਪਾਣੀ। ਆਹ ਕੁੰਡੀਆਂ ਦੇ ਸਿੰਘ ਫਸਣੇ ਕੋਈ ਨਿਤਰੂ ਵੜੇਵੇਂ ਖਾਣੀ ਤੇ ਡਾਂਗ ਉੱਤੇ ਡੇਰਾ ਜੱਟਦਾ ਮੈਨੂੰ ਐਰ ਗਿਆ ਨਾ ਜਾਣੀ। ਆਹ ਡਾਂਗ ਉੱਤੇ ਡੇਰਾ ਜੱਟਦਾ ਮੈਨੂੰ ਐਰ ਗਿਆ ਨਾ ਜਾਣੀ। ਸਾਹਮਣੇ ਬਾਲ ਲੜੀ ਇੰਨਾ ਹੈ ਔਰ ਤੱਕਦੇ ਸਾਹਮਣੇ ਨੰਬਰ ਬਈ ਲੈ ਵੀ ਨੰਬਰ ਜ਼ਰੂਰ ਦੱਸਾਂਗੇ ਆਪਾਂ ਇੱਕ ਵਾਰ। ਹਾਂਜੀ 3 ਉੱਧਰ 4 ਇੱਧਰ ਹੱਲੇ ਖਾਤੇ ਨਹੀਂ ਖੁੱਲੇ।
ਚਾਰ ਨੰਬਰ ਹੈ ਬਈਆ ਦੀ ਟੀਮ ਦੇ ਇੱਧਰ ਹਾਲੇ ਖਾਤੇ ਨਹੀਂ ਖੁੱਲੇ ਔਰ ਸ਼ੁਰੂਆਤਾਂ ਦੇ ਵਿੱਚ ਆਪਾਂ ਕਹਿ ਲਈਏ ਮੁੰਡੇ ਬਈਆ ਜਿਹੜੇ ਹਾਵੀ ਆਹ ਜਿਹੜੇ ਹੋ ਗਏ ਮੁਕਾਬਲੇ ਦੇ ਵਿੱਚ ਨਾਲ ਹੀ ਖੀਰੂ ਆਸਟ੍ਰੇਲੀਆ ਭਰਾ ਸਾਡਾ ਨਾਲ ਪਰਮਿੰਦਰ ਕੋਲੀ ਭਰਾ ਸਾਡਾ ਨਾਲ ਪਰਤਾ ਰਾਏਕੋਟ ਭਰਾ ਸਾਡਾ ਬਹੁਤ ਵੱਡੇ ਧੰਨਵਾਦ ਭਰਾਵਾਂ ਦੇ ਕਰਦੇ ਹਾਂ ਸਹਿਯੋਗੀ ਵੀਰ ਸਾਡੇ ਔਰ ਬਹੁਤ ਵੱਡੇ ਧੰਨਵਾਦ ਜਿਹੜੇ ਕੀਤੇ ਜਾਂਦੇ ਆ ਲਾਕੇ ਤਾਉ ਦਾ ਮੈਰਡ ਖੇਡੇ ਰਹਿਣਾ ਗੱਲਾਂ ਲੱਗਣੀਆਂ ਟਿਕਾਣੇ ਇੱਕ ਪਾਸੇ ਸੱਜੀ ਖੇਡਦਾ ਸਾਹਮਣੇ ਬਈ ਵਾਲੀ ਚੌਂਟੀ ਖੇਡਦਾ ਹੈ ਗੱਲਾਂ ਵੱਡੀਆਂ ਆਪਾਂ ਤੱਕਦੇ ਦੋਨੇ ਤਾਂ ਦੇ ਸ਼ੂਟਰ ਕਹਿੰਦੇ ਕੱਕੀ ਖੇਡ ਦੇ ਵਿੱਚ ਤੇ ਅੱਜ ਆਪੋ ਸਾਹਮਣੇ ਉਹ ਹੋ ਗਿਆ ਵੀ ਅੱਜ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਆਓ ਭੱਜਦੇ ਨੇ ਇੱਕੋ ਜਿਹੇ ਕਹੇ ਬਾਣ ਮਿੱਤਰੋ ਤੇ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਔਰ ਧੁੰਮ ਪੈ ਗਈ ਧਲੇਰ ਦੇ ਵੱਡੇ ਕੱਪ ਦੀ ਔਰ ਧੁੰਮ ਪੈ ਗਈ ਧਲੇਰ ਦੇ ਵੱਡੇ ਕੱਪ ਦੀ ਇਧਰੇ ਪਾਸੇ ਟਰਾਈ ਪਰ ਗੱਲਬਾਤ ਜਿਹੜੀ ਬਣੀ ਨੀ ਆਪਾਂ ਤੱਕਦੇ ਸਾਹਮਣੇ ਐਨ ਗੱਲਾਂ ਟਿਕਾਣੇ ਜਿਹੜੀਆਂ ਆਹ ਲਾਉਣੀਆਂ ਪੈਣੀਆਂ ਸਟੀਕਰਾਂ ਵਾਲੀਆਂ ਲਿਆ ਤਕੜਾ ਹੋਣਾ ਪੈਣਾ ਤਕੜਾ ਹੋਣਾ ਪੈਣਾ ਹੈ ਜ਼ਿਲ੍ਹਾ ਮਾਨਸਾ ਜਿੱਤਦਾ ਹੈ ਜਾਂ ਫਿਰ ਸੰਗਰੂਰ ਚੈਣੇ ਵਾਲ ਜਿੱਤਦੀ ਹੈ ਜਾਂ ਫਿਰ ਬਈਆਂ ਨੇ ਲਾ ਜਾਣੀਆਂ ਗੱਲਾਂ ਟਿਕਾਣੇ ਗੱਲਾਂ ਸਮਝਣੀਆਂ ਇਹਦੇ ਪਾਸੇ ਉਹ ਕਮਾਲ ਬਾਈ ਮੈਂ ਦੀ ਸ਼ੁਰੂਆਤ ਵਧੀਆ ਲੱਗੀ ਇੱਕ ਤਾੜੀ ਮਾਰੋ ਯਾਰ ਨਾਲ ਹੀ ਬਾਈ ਪਰਮਿੰਦਰ ਤੇ ਨਾਲ ਖੀਰੂ ਆਸਟ੍ਰੇਲੀਆ ਭਰਾ ਸਾਡਾ ਪਿਛਲੇ ਕਿਸੇ ਮੇਲੇ ਨੂੰ ਆਪਾਂ ਕਹਿ ਲਈ ਬਈ ਜੌਂਡੀ ਨੇ $50 ਲਾਏ ਸੀ ਭਰਾਵਾਂ ਨੇ ਔਰ ਅੱਜ ਜਿਹੜੇ ਦਿੱਤੇ ਜਾਣਗੇ ਨਾਲ ਸਨਮਾਨ ਜਿਹੜੇ ਕੀਤੇ ਜਾਣਗੇ ਗੱਲਾਂ ਵੀ ਪੱਕੀਆਂ ਹੈ ਬਈ ਵਾਲੇ ਜੌਂਟੀ ਦੇ ਲਈ $50 ਜਿਹੜੇ ਹੋਣੇ ਆ ਪਿਛਲੇ ਕਿਸੇ ਮੇਲੇ ਦੇ ਉੱਪਰ ਲਾਏ ਸੀ ਤੇ ਮੁੰਡੇ ਨੇ ਜਿੱਤ ਕੇ ਬੰਦੇ ਜਿਹੜੇ ਕਰਾਈ ਗਿਆ ਅੱਜ ਗੱਲਾਂ ਲੱਗਣੀਆਂ ਟਿਕਾਣੇ ਪ੍ਰਵੇਸ਼ ਸਾਹਮਣੇ ਜੌਂਟੀ ਆਹ ਮੇਰੇ ਮਿੱਤਰੋ ਸਰਵਿਸ ਜਿਹੜੀ ਕਰ ਗਿਆ ਹੈ ਵਾਲੀਬਾਲ ਦੇ ਵਿੱਚ ਕਹਿ ਦੀ ਜਦੋਂ ਜਦੋਂ ਕੋਈ ਪਹਿਲੀ ਵਾਰ ਰੱਖੀ ਗਈ ਹੈ ਚਾਹੇ ਪਹਿਲੇ ਮੋਬਾਈਲ ਫੋਨ ਦੀ ਗੱਲ ਹੋਵੇ ਸਾਹਮਣੇ ਕਰਦਾ ਹੋਇਆ ਕਮਾਲ ਮੁੰਡਾ ਔਰ ਚੈਨੇ ਵਾਲੀ ਜਿਹੜੇ ਸੋਚਾਂ ਦੇ ਵਿੱਚ ਸੋਚਾਂ ਦੇ ਵਿੱਚ ਪਾ ਦਿੱਤੇ ਸਾਰੇ ਆਲੇ ਦੁਆਲੇ ਸੱਜੀ ਦੇ ਤੇ ਜੰਤ ਵੱਡੀਆਂ ਕੀਤੀਆਂ ਟਾਈਮ ਆਊਟ ਪਾਏ ਆ ਔਰ ਸਲਾਹਾਂ ਜਿਹੜੀਆਂ ਕੀਤੀਆਂ ਫੇਰ ਖਿਡਾਰੀ ਜਿਹੜੇ ਬਿਲਕੁਲ ਤਿਆਰ ਵਰ ਤਿਆਰ ਹੈ ਉਧਰਲੇ ਪਾਸੇ ਆਪਾਂ ਤੱਕਾਂਗੇ ਗੱਲਾਂ ਬਾਤਾਂ ਵੀ ਕਿੱਦਾਂ ਦੀ ਬਣਦੀਆਂ ਹੈ ਵੀ ਜਿਹੜਾ ਪਹਿਲਾਂ ਕਰ ਗਿਆ ਪਹਿਲ ਤੇ ਉਹ ਜੇਤੂ ਮੇਲੇ ਦਾ ਅਣਖ ਦਵਾਉਣ ਦੀ ਦਿੱਤਾ ਤੇ ਦਾਵਾ ਰਾਜੇ ਖੇਲੇ ਦਾ ਨਾਲ ਹੀ ਉੱਧਰ ਵਾਲੀਬਾਲ ਆਪਾਂ ਕਹਿ ਦਈਏ ਨੈਣੇ ਲਾਈਵ ਹੋ ਰਹੇ ਮਾਲਵਾ ਬੈਲਟ ਵਾਲੀਬਾਲ ਸ਼ੂਟਿੰਗ ਬੜੇ ਪ੍ਰਸਿੱਧ ਪੇਜ ਹੈ ਇਸ ਖੇਡ ਜਗਤ ਦੇ ਔਰ ਅੱਜ ਵੀਰੇ ਨੂੰ ਕੰਮ ਆ ਸੀ ਥੋੜਾ ਤਾਂ ਕਰਕੇ ਵੀਰੇ ਆਏ ਨੇ ਪਵਨ ਖੁਰਦ ਭਰਾ ਸਾਡਾ ਤੇ ਨਾਲ ਬਲਵੀਰ ਖੁਰਦ ਔਰ ਦੋਨਾਂ ਭਰਾਵਾਂ ਦੇ ਵੱਲੋਂ ਜੌਂਟੀ ਦੀ ਸਿੰਗਲ ਹੈਂਡ 500 ਦੀ ਹੋਣੀ ਹੈ ਜੌਂਟੀ ਦੀ ਸਿੰਗਲ ਹੈਂਡ ਤੇ 500 ਜਿਹੜੇ ਦਿੱਤੇ ਜਾਣਗੇ
ਹਰੇਕ ਸਿੰਗਲ ਔਰ ਸਾਹਮਣੇ ਫਾਉਲ ਦੀ ਮੰਗ ਜਿਹੜੀ ਹੋਈ ਹੈ ਕਬੂਲਿਆ ਤੇ ਗੱਲਾਂ ਲੱਗੀਆਂ ਟਿਕਾਉਣੇ ਔਰ ਸਪੀਨ ਵਾਲੀ ਪਿੰਡ ਦਾ ਸਚਿਨ ਬਿਲਕੁਲ ਤਿਆਰ ਵਰ ਤਿਆਰ ਹੈ ਸਾਹਮਣੇ ਸਰਵਿਸ ਕਰੂ ਪ੍ਰੀ ਕੁਆਟਰ ਦਾ ਮੈਚ ਹੈ ਵੀਰੇ ਪ੍ਰੀ ਕੁਆਟਰ ਦੇ ਮੈਚ ਚੱਲੀ ਜਾਂਦੇ ਆ ਲਾਓ ਸਰਵਿਸ ਜਿਹੜੀ ਹੋ ਗਈ ਅਗਲੇ ਪਾਸੇ ਮੈਂ ਵੀ ਚੈਨੇ ਵਾਲੀ ਖਿੱਚ ਲਾ ਤਿਆਰੀ ਹੁਣ ਵਾਸੀਆਂ ਦੀ ਕਰਨੀਆਂ ਪੈਣੀਆਂ ਮੁੰਡਿਆਂ ਕਿਉਂਕਿ ਪਹਿਲੇ ਆਪਾਂ ਕਹਿੰਦੇ ਸ਼ੁਰੂਆਤਾਂ ਦੇ ਉੱਤੇ ਮੁੰਡੇ ਪਹਿਲੇ ਆਲਮੇਟ ਦੇ ਤੇ ਹੁਣ ਕਮਾਨਾਂ ਨੂੰ ਕਰ ਰਹੇ ਆ ਵੱਡੀ ਜਿਹੜੀ ਬਣਾ ਗਏ ਮੁੰਡੇ ਹੁਣ ਲੀਡ ਪੱਟ ਕੇ ਕਰਨੀਆਂ ਪੈਣਗੀਆਂ ਗੱਲਾਂ ਜਿਹੜੀਆਂ ਸਮੇਂ ਦੀ ਹੋਣੀਆਂ ਹੈ ਪਰ ਸਾਹਮਣੇ ਕੋਸ਼ਿਸ਼ ਤੇ ਹੋ ਰਹੀ ਹੈ ਦੋਨਾਂ ਟੀਮਾਂ ਦੀ ਤਰਫੋਂ ਦੇਖਣ ਨੂੰ ਮਿਲ ਰਿਹਾ ਪਤਾ ਕਰਿਆ ਦੋਨੇ ਟੀਮਾਂ ਜਦੋਂ ਜਹਿਦ ਰੜੀ ਕਰ ਰਹੀ ਹੈ ਖੇਡ ਦੇ ਮੈਦਾਨ ਦੇ ਖਿਡਾਰੀ ਮੌਜੂਦ ਰਹੇ ਮੁੰਡੇ ਪ੍ਰਾਪਤ ਕੀਤੇ ਹੈ ਗੱਲਾਂ ਲੱਗੀਆਂ ਪਾਸੇ ਨਾ ਰਾਜਵਿੰਦਰ ਕਰਦਾ ਟਰਾਈ ਪਰ ਸਾਹਮਣੇ ਮੁੰਡਾ ਉਪਲਾਂ ਦਾ ਔਰ ਸਾਹਮਣੇ ਤਕੜੇ ਟਰਾਈ ਕੀਤੀ ਪਰ ਇਧਰਲੇ ਪਾਸੇ ਗਲਤੀਆਂ ਔਰ ਨੌਜਵਾਨ ਨੇ ਕਰ ਦਿੱਤੀਆਂ ਸਤੀਰਾਂ ਵਾਲੀ ਵਾਲਾ ਫੇਰ ਤਿਆਰ ਦਰ ਤਿਆਰ ਹੈ ਨੰਬਰ ਇੱਕ ਲੱਗ ਗਿਆ ਆਪਾਂ ਤਕੜੇ ਸ਼ੁਰੂਆਤਾਂ ਹੋ ਗਈਆਂ ਹੁਣ ਖੇਡ ਦੇ ਮੈਦਾਨ ਦੇ ਚਾਰ ਪੁਆਇੰਟ ਬਈਆਲ ਦੀ ਟੀਮ ਨੂੰ ਬਈ ਰਾਮ ਰਾਮ ਬਾਈ ਜੋਨੀ ਰਾਮ ਰਾਮ ਜੀ ਰਾਮ ਰਾਮ ਵਾਕਿਆਂ ਵਾਪਸੀਆਂ ਕਰਨ ਦੀ ਕੋਸ਼ਿਸ਼ ਬਈ ਸੋਨੀ ਬਾਈ ਆਏ ਜੀ ਉਹਨਾਂ ਨੂੰ ਥੋੜੇ ਘਰੇ ਕੰਮ ਸੀਗਾ ਤਾਂ ਕਰਕੇ ਆਈ ਨਹੀਂ ਸੋਨੀ ਖੇਡੀ ਜਾ ਰਹੀ ਹੈ ਨੰਬਰ 3 ਦੀ ਜੰਗ ਜਿਹੜੀ ਜਾ ਰਹੀ ਹੈ ਆਪਾਂ ਤੱਕਦੇ ਆ ਲੈ ਵੀ ਬਈ ਵਾਲੀਆ ਹੋ ਜਾ ਫਿੱਟ ਪਤਾ ਤੈਨੂੰ ਵੀ ਆ ਸ਼ੇਰ ਕੰਮ ਖਿੱਚ ਕੇ ਹੋਰ ਤਕੜਾ ਮੈਂ ਲੱਗਾ ਇੱਕ ਤੇ ਫਿਰ ਸਿਰੇ ਦੀ ਟਕਰਾ ਫਾਇਦਾ ਲੱਗਾ ਵੇ ਲਗਾਵੇ ਪ੍ਰੀ ਕੁਆਟਰ ਵਾਪਸੀਆਂ ਕਰ ਗਏ ਤੇ ਫਿਰ ਲੋੜ ਰਹੀਆਂ ਹੁਣੇ ਗੱਲਾਂ ਜੀ ਬਾਕੀ ਹੈ ਔਰ ਤਕੜੇ ਹੋ ਕੇ ਖੇਡਣਾ ਪੈਣਾ ਹੈ ਔਰ ਗੱਲਾਂ ਜਿਹੜੀਆਂ ਫੇਰ ਬਣਨੀਆਂ ਹੈ ਲਓ ਸਾਹਮਣੇ ਸਤੀਰਾਂ ਵਾਲੀ ਵੱਲੋਂ ਸਚਿਨ ਕਰ ਗਏ ਕਮਾਲ ਜ਼ਿਲ੍ਹੇ ਫਾਜ਼ਿਲਕਾ ਦਾ ਕਹਿ ਦਈਏ ਬੜਾ ਮਸ਼ਹੂਰ ਪਿੰਡ ਸਤੀਰ ਵਾਲਾ ਔਰ ਪਿਛਲੇ ਦਿਨੀ ਰੌਣਕ ਵੀ ਗੱਡੀ ਲੱਗੀ ਹੈ ਔਰ ਗੱਲਾਂ ਲਾਈਆਂ ਟਿਕਾਣੇ ਮੁੰਡਿਆਂ ਨੇ ਟਾਪ ਦੇ ਪ੍ਰਬੰਧ ਹੋਇਆ ਹੈ ਸਤੀਰ ਵਾਲਾ ਕੱਪ ਤੇ ਨੰਬਰ 3 ਲੱਗ ਗਿਆ ਮੇਰੇ ਹਿਸਾਬ ਦੇ ਨਾਲ 3-5 ਦੀ ਟੱਕਰ ਆਹ ਜਿਹੜੀ ਖੇਡੀ ਜਾ ਰਹੀ ਹੈ 3-5 ਦੀ ਟੱਕਰ ਜਿਹੜੀ ਕਿਤੇ ਜਾ ਰਹੀ ਹੈ ਤੇ ਨੰਬਰ ਤੇ 5 ਨੰਬਰ ਸਾਹਮਣੇ ਤੱਕਾਂਗੇ ਟੱਕਰ ਆਹ ਜਿਹੜੀ ਖੇਡ ਦੇ ਮੈਦਾਨ ਦੇ ਅੰਦਰ ਆਹ ਖੇਡੀ ਜਾ ਰਹੀ ਹੈ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਤੇ ਅੱਜ ਪਤਾ ਲੱਗਣਾ ਹੈ ਕਿਹਦਾ ਤਕੜਾ ਸਰੀਰ ਅੱਜ ਪਤਾ ਲੱਗਣਾ ਹੈ ਕਿਹਦਾ ਤਕੜਾ ਸਰੀਰ ਆਹ ਮੈਚ ਦੇ ਵਿੱਚ ਪਤਾ ਜਿਹੜਾ ਲੱਗ ਜਾਣਾ ਹੈ ਵਾਕਿਆਂ ਦੇ ਮੁੱਲ ਆਹ ਕਹਿੰਦੀ ਖੇਡ ਗਰਾਊਂਡ ਦੇ ਵਿੱਚ ਆਹ ਦੇਖਣ ਨੂੰ ਮਿਲਦੇ ਨੇ ਗੱਲਾਂ ਦੇਖਣ ਨੂੰ ਆਹ ਜਿਹੜੀ ਮਿਲਣੀਆਂ ਹੁਣ ਹਾਂ ਹਾਂ ਵੀਰੇ ਰਾਏਕੋਟ ਆਈ ਆ ਇਸ ਤੋਂ ਬਾਅਦ ਰਾਏਕੋਟ ਦਾ ਮੈਚ ਹੀ ਲੱਗਣਾ ਬਈ ਆਹ ਮੈਚ ਦੇ ਬਾਅਦ ਚ
ਲਓ ਸਭ ਰਿਹਾ ਮੈਚ ਕਹਿੰਦੇ ਟੋਪੀ ਦਾ ਬੜਾ ਤਾਵੜਾ ਮੈਚ ਰਿਹਾ ਹੈ ਸਰੀਰ ਵਾਲੀ ਬੜਾ ਤਾਵੜਾ ਮੈਚ ਕਹਿੰਦੇ ਖੇਡਿਆ ਜਾ ਰਿਹਾ ਹੈ ਆਓ ਕਹਿੰਦੇ ਜੁਝਾਰ ਚੈਨੇ ਵਾਲੀਆ ਬਈਆ ਬਈਏਵਾਲ ਦਾ ਮੈਚ ਹੀ ਚੱਲੀ ਜਾਂਦਾ ਵੀਰੇ ਜੌਂਟੀ ਬਈਏਵਾਲ ਦਾ ਮੈਚ ਚੱਲੀ ਜਾਂਦਾ ਕੈਮਰੇ ਸਾਹਮਣੇ ਸਾਹਮਣੇ ਟੀਮਾਂ ਦੋਨੇ ਚੌਕੀ ਦੀਆਂ ਦੇ ਗੱਲਾਂ ਦੇਖਾਂਗੇ ਕਿੱਦਾਂ ਦੀ ਬਣਦੀਆਂ ਹੈ ਵੀ ਲੱਗਦੀ ਜਵਾਨੀ ਚੰਗੀ ਹੱਸਦੀ ਦੇ ਖੇਡਦੀ ਜੱਜ ਦਾ ਬੁਢਾਪਾ ਨੇ ਸਿਆਣੀ ਗੱਲ ਕਰੇ ਤਾਂ ਇਹਦੇ ਕੁਵਾਰੀ ਜੋ ਡਰ ਰੱਖੇ ਮਾਪਿਆਂ ਦਾ ਸੂਰਮੇ ਦੀ ਸੋਭਾ ਜੇ ਮੈਦਾਨੀ ਜੰਗ ਲੜੇ ਤਾਂ ਸੂਰਮੇ ਦੀ ਸੋਭਾ ਜੇ ਮੈਦਾਨੀ ਜੰਗ ਲੜੇ ਤਾਂ ਜੰਗ ਗੱਲਾਂ ਵੱਡੀਆਂ ਹੋਣੀਆਂ ਖੇਡਦੇ ਮੈਦਾਨਾਂ ਦੇ ਅੰਦਰ ਐਨ ਆਂਢੀ ਗੁਆਂਢੀ ਪਿੰਡਾਂ ਦੀ ਟੱਕਰ ਆਂਢੀ ਗੁਆਂਢੀ ਕਹਿ ਰਹੀ ਜ਼ਿਲ੍ਹਿਆਂ ਦੇ ਖਿਡਾਰੀ ਜਿਹੜੇ ਪਹੁੰਚੇ ਹੋਏ ਆ ਇਹ ਗੱਲਾਂ ਵੱਡੀਆਂ ਹੈ ਉਹਦੇ ਪਾਸੇ ਬਾਲ ਆਊਟ ਹੈ ਔਰ ਗਲਤੀ ਫੇਰ ਵੱਡੀ ਹੋ ਗਈ ਹੈ ਛੇ ਹੋ ਗਏ ਜੀ ਨੰਬਰ ਛੇ ਤੇ ਤਿੰਨ ਠੀਕ ਹੈ ਜੀ ਛੇ ਤੇ ਤਿੰਨ ਨੰਬਰਾਂ ਦੀ ਟੱਕਰ ਹੈ ਛੇ ਨੰਬਰ ਬਈਆਲ ਦੀ ਟੀਮ ਦੇ ਤੇ ਤਿੰਨ ਨੰਬਰ ਜਿਹੜੇ ਸੈਣੇਵਾਲ ਦੀ ਟੀਮ ਦੇ ਅੱਜ ਭਲੇਰ ਕਲਾਂ ਪਿੰਡ ਹੈ ਔਰ ਆਪਾਂ ਤਕੜੇ ਮਲੇਰਕੋਟਲੇ ਦੇ ਇਲਾਕੇ ਦੇ ਵਿੱਚ ਗੱਲਾਂ ਲੱਗੀਆਂ ਹੋਈਆਂ ਟਿਕਾਣੇ ਪਰ ਸਾਹਮਣੇ ਦਲੇ ਪਾਸੇ ਚੈਣੇ ਵਾਲੀਆ ਚੈਣੇ ਵਾਲੀਆ ਗਲਤੀ ਵੱਡੀ ਕਰ ਬੈਠਾ ਹੈ ਕੀਤੀਆਂ ਰਾਏਕੋਟ ਦੀ ਟੀਮ ਹੈ ਜੀ ਦੋ ਨੰਬਰ ਗਰਾਊਂਡ ਦੇ ਨੇੜੇ ਰਹੀ ਆਪਾਂ ਰਾਏਕੋਟ ਦੀ ਟੀਮ ਦੋ ਨੰਬਰ ਗਰਾਊਂਡ ਦੇ ਲਾਗੇ ਰਵਾਂਗੇ ਆਪਾਂ ਔਰ ਆਪਣਾ ਮੈਚ ਜਿਹੜਾ ਖੇਡਾਂਗੇ ਇਸ ਤੋਂ ਬਾਅਦ ਰਾਏਕੋਟ ਦੀ ਟੀਮ ਨੂੰ ਬੇਨਤੀ ਸਾਡੀ ਗਰਾਊਂਡਾਂ ਦੇ ਨੇੜੇ ਰਵਾਂਗੇ ਆਪਾਂ ਸਾਹਮਣੇ ਕੋਸ਼ਿਸ਼ ਆਹ ਜਿਹੜੀ ਕੀਤੀ ਜਾ ਰਹੀ ਹੈ ਫਸਲ ਸਦਾ ਹਾਉ ਢੇਰ ਪੈਣਾ ਤੇ ਕੀਤੀ ਹੁੰਦੀ ਹੈ ਤਪੱਸਿਆ ਜਿਹਨਾਂ ਮਾਪਿਆਂ ਨੇ ਪੁੱਤਰ ਸੈਂਟਰ ਵਿੱਚ ਇਹ ਮੁੰਡਾ ਕਹਿੰਦਾ ਪਾਕਿਸਤਾਨ ਦੇ ਵਾਟਰੇ ਕੋਲੋਂ ਆਇਆ ਜੋਰ ਮਿਲ ਰਹੀ
ਕਮਾਲ ਕਰ ਗਿਆ ਖੇਡ ਦੇ ਮੈਦਾਨ ਦੇ ਵਿੱਚ। ਰੱਖੋ ਸ਼ੇਰ ਵਾਲਾ ਵੀਰੇ, ਤਕੜਾ ਮੈਚ ਲੱਗਿਆ ਇੱਕ। ਲਓ ਸਾਹਮਣੇ ਮੇਰੇ ਮਿੱਤਰੋ, ਤੇ ਪਰਲੇ ਪਾਸੇ ਜਿਹੜਾ ਮੁੰਡਾ ਉਹ ਯੈਲੋ ਕਲਰ ਦੀ ਟੀ ਸ਼ਰਟ ਦੇ ਵਿੱਚ ਖੜਾ, ਇਹ ਮੁੰਡਾ ਯੂਪੀ ਤੋਂ ਆਇਆ ਪਿਰਦੇ। ਇਹ ਮੁੰਡਾ ਕਹਿੰਦੇ ਛੋਟੂ ਹੈ ਮਾਜਰੇ ਵਾਲਾ, ਜਿਹੜਾ ਸ਼ਾਸਤਰੀ ਦੀ ਟੀਮ ਲਈ ਉਹ ਮੇਰੇ ਮਿੱਤਰੋ ਚੋਟੀ ਦਾ ਪ੍ਰਦਰਸ਼ਨ ਕਰਦਾ ਮੁੰਡਾ। ਕਿੰਨਾ ਕਹਿੰਦੇ ਪੱਟੀਆਂ ਹੁੰਦੀਆਂ ਨੇ, ਉਹ ਕਹਿੰਦੇ ਖੀਰ ਆਸਟ੍ਰੇਲੀਆ ਪਰਮਿੰਦਰ ਭਲੇਰ ਹੋਣੀ ਕਹਿੰਦੇ ਚੋਟੀ ਨੂੰ $50 ਦੇਣੇ ਆ। ਉਹ ਸਾਹਮਣੇ ਗੱਲਾਂ ਕਹਿੰਦੇ ਵੱਡੀਆਂ ਹੋਣ ਗਈਆਂ। ਪਰ ਸਾਹਮਣੇ ਪਾਣੀ ਕਰ ਦੋ ਜੀ, ਪਾਉਂਦਾ ਤਾਣੀਆਂ ਦਾ ਵੀਰ ਸਾਡਾ ਕਿੱਥੇ ਜੀ, ਆਓ ਜਲਦੀ ਜਰਾ ਪਾਣੀ ਜਿਹੜਾ ਪਾਉਂਦਾ ਕਰ ਦਈਏ। ਪਰ ਬਈ ਵਾਲੀ ਗੱਲਾਂ ਲਾਈ ਹੁੰਦੇ ਟਿਕਾਣੇ ਹੁਣ ਤੱਕ ਦੇ ਮੈਚ ਦੇ ਵਿੱਚ ਮੁੰਡਿਆਂ ਨੇ ਕਮਾਲ ਜਿਹੜੀ ਕੀਤੀ ਹੈ ਔਰ ਆਪਣੇ ਪ੍ਰਦਰਸ਼ਨ ਜਿਹੜੇ ਚੋਟੀ ਦੇ ਦਿਖਾਏ ਮੁੰਡਿਆਂ ਨੇ ਔਰ ਸੋਚਾਂ ਦੇ ਵਿੱਚ ਪਾ ਦਿੱਤਾ ਚੈਨਿਆਂ ਦੀ ਟੀਮ ਨੂੰ, ਸੋਚਣ ਦੇ ਮਜਬੂਰ ਜਿਹੜਾ ਕਰ ਦਿੱਤਾ ਖੇਡ ਦੇ ਗਰਾਊਂਡ ਦੇ ਅੰਦਰ। ਔਰ ਤੱਕਾਂਗੇ ਸਾਹਮਣੇ ਗੱਲਾਂ ਬਾਤਾਂ ਜਿਹੜੀ ਕਿੱਦਾਂ ਦੀ ਬਣਦੀਆਂ। ਨਵੀਂ ਰੈਫਰੀ ਸਾਹਿਬ 3-7 ਨੰਬਰਾਂ ਦੀ ਟੱਕਰ ਜਿਹੜੀ ਖੇਡੀ ਜਾ ਰਹੀ ਹੈ। ਰਾਏਕੋਟ ਦੇ ਖਿਡਾਰੀ ਬਿਲਕੁਲ ਰੈਡੀ ਰਹਿਣਗੇ 2 ਨੰਬਰ ਗਰਾਊਂਡ ਦੇ ਨੇੜੇ ਔਰ ਬਿਲਕੁਲ ਰੈਡੀ ਰਹਾਂਗੇ ਆਪਾਂ 2 ਨੰਬਰ ਗਰਾਊਂਡ ਦੇ ਲਾਗੇ। ਮੇਰੀ ਬੇਨਤੀ ਹੈ ਟੀਮਾਂ ਨੂੰ ਔਰ ਸਾਹਮਣੇ ਮੈਚ ਵਾਕਿਆ ਟਾਪ ਦਾ ਜਿਹੜਾ ਖੇਡਿਆ ਜਾ ਰਿਹਾ ਹੈ ਐਨ ਵੱਡੇ ਚਰਚੇ ਨਾਲ ਖਿਡਾਰੀਆਂ ਦੇ। ਪੰਜਾਬ ਜਦੋਂ ਯੂਪੀ ਦੇ ਵਿੱਚ ਖੇਡਦੇ ਤੇ ਗੱਲਾਂ ਲੱਗਦੀਆਂ ਟਿਕਾਣੇ ਔਰ ਲਾਈਵ ਦੇ ਜ਼ਰੀਏ ਗੱਲਾਂ ਲੱਗਦੀਆਂ ਟਿਕਾਣੇ ਥੋੜੇ ਸਮੇਂ ਤੱਕ ਜਦੋਂ ਟੀਮਾਂ ਇਸੇ ਤਰ੍ਹਾਂ ਲਗਾਤਾਰ ਗੱਲਾਂ ਲੱਗ ਜਾਣੀਆਂ ਟਿਕਾਣੇ ਵੀ ਐਵੇਂ ਤਾਂ ਨੀ ਚਰਚੇ ਹੁੰਦੇ, ਚਰਚਿਆਂ ਲਈ ਕੁੱਝ ਵੱਡਾ ਕਰਨਾ ਪੈਂਦਾ ਹੈ, ਲਿਆਉਣਾ ਜੇ ਚੰਗਾ ਸਮਾਂ ਫਿਰ ਮਾੜੇ ਸਮੇਂ ਨਾਲ ਲੜਨਾ ਪੈਂਦਾ ਹੈ, ਪੁੱਤ ਨੂੰ ਜੇ ਸ਼ੇਰ ਬਣਾਉਣਾ ਤੇ ਆਪਣੀ ਅੱਧੀ ਕਮਾਈ ਖਵਾਉਣੀ ਪੈਂਦੀ ਹੈ, ਸੌਖਾ ਬਣਨਾ ਨੀ ਸਟਾਰ, ਚੋਟੀ ਦੇ ਖਿਡਾਰੀਆਂ ਦੀ ਪਿੱਠ ਲਵਾਉਣੀ ਪੈਂਦੀ ਹੈ, ਸੌਖਾ ਬਣਨਾ ਨੀ ਸਟਾਰ, ਚੋਟੀ ਦੇ ਖਿਡਾਰੀਆਂ ਦੀ ਪਿੱਠ ਲਵਾਉਣੀ ਪੈਂਦੀ ਹੈ। ਪਰ ਸਾਹਮਣੇ ਚੈਨੇ ਵਾਲੀ ਸੱਤ ਨੰਬਰਾਂ ਦੀ ਟੱਕਰ ਹੈ, ਮਾਜਰੇ ਦਾ ਛੋਟੂ ਬਿਲਕੁਲ ਤਿਆਰ ਔਰ ਤਿਆਰ ਹੈ, ਆਪਾਂ ਤੱਕ ਰਿਹਾ ਹੈ ਔਰ ਖੇਡ ਦੇ ਮੈਦਾਨ ਦੇ ਅੰਦਰ ਇਰਲੇ ਪਾਸੇ ਸੋਚਾ ਲਓ ਸਾਹਮਣੇ ਮੁੰਡੇ ਸੋਚਾਂ ਦੇ ਵਿਚਾਰਾਂ ਦੇ ਵਿੱਚ ਆ ਤੇ ਗੱਲਾਂ ਕਹਿੰਦੇ ਵੱਡੀਆਂ, ਤਜਿੰਦਰ ਇੱਕ ਅੱਧੀ ਆਉਂਦੀ ਜਾਂਦੀ ਘੇਰ ਕੇ ਟੱਪਾ ਪਾ ਰਹੇ ਆ, ਚਰਚੇ ਤੇਰੇ ਵੀ ਮੁੰਡੇ ਨਵਾਂ ਉੱਠਿਆ ਮੁੰਡਾ ਬਈ ਵਾਲੀ ਆ ਬੜਾ ਟਾਪ ਨਾਲ ਕਹਿੰਦੇ ਨਿਟਮੈਨ ਬਣ ਗਿਆ ਤੇ ਸਾਹਮਣੇ ਗੱਲਾਂ ਸੈਂਟਰ ਵਿੱਚ ਜੋਟੀ ਆ ਤੇ ਜੋਤੀ ਦੇ ਸੱਜੇ ਹੱਥ ਕਹਿੰਦੇ ਲਾਡੀ ਆ ਰਸ਼ਿਨ ਟਿੰਕ ਬਾਲੀਵਾਲ ਦਾ ਤੇ ਖੱਬੇ ਹੱਥ ਆ ਮੈਕੂ ਖੇਡਦਾ ਮੁੰਡਾ ਤੇ ਮੈਕੂ ਦੇ ਪਛਾਹ ਕਹਿੰਦੇ ਆ ਮੇਰੇ ਮਿੱਤਰੋ ਅੱਜ ਕਹਿੰਦੇ ਮਾਲਵੜਾ ਛੋਟੂ ਸਰਵਿਸ ਕਰ ਗਿਆ ਤੇ ਛੋਟੂ ਦੇ ਸੱਜੇ ਹੱਥ ਮੁੰਡਾ ਕਹਿੰਦੇ ਤੇ ਮੁੰਡਾ ਅੱਜ ਆਪਣੇ ਜੱਦੀ ਪਿੰਡ ਦੇ ਵਿੱਚ ਖੇਡਣ ਆਇਆ ਹੋਇਆ। ਲਾ ਵੀ ਪਰਮਿੰਦਰ ਜੇਪਰ ਦਾ ਜੱਦੀ ਪਿੰਡ ਭਲੇਰ ਗੱਲਾਂ ਹੁੰਦੀਆਂ ਨੇ ਖੇਡ ਦੇ ਮੈਦਾਨਾਂ ਦੇ ਵਿੱਚ ਪਿਆਰਿਆਂ ਨੂੰ ਮਿੱਠੂ ਵੀ ਕਹਿੰਦੇ ਆ, ਪਟਾਕੇ ਪੌੜੇ ਪੈਣਗੇ ਇਹ ਪੱਲੇ 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 ਚੇੜੇ ਵਾਲੀਆਂ ਕਹਿੰਦੇ ਪਾਪਾ ਟਰਾਈ ਕਰਦਾ ਬੰਨ ਚੜ ਗਏ ਆਓ ਸਾਹਮਣੇ ਆਓ ਉੱਧਰ ਗੱਲਾਂ ਹੋਰ ਗਿਆ। ਲੈ ਵੀ 2 ਨੰਬਰ ਕੋਟ ਦੇ ਮੈਚ ਕਿਹੜਾ ਖੁੱਲਿਆ ਨਵੀ ਜੇਤੂ ਦੇ ਰਾਏਕੋਟ ਦਾ ਮੈਚ ਆ
ਪਰ ਮੈਨੂੰ ਲੱਗਦਾ ਮੈਚ ਤੇ ਬੜਾ ਤਕੜਾ ਲੱਗਿਆ ਹੋਇਆ ਹੈ। ਦੋ ਨੰਬਰ ਤੇ ਵੀਰੇ ਹੈ ਨੀ ਕੋਈ ਲਾਈਵ, ਇੱਕ ਹੀ ਲਾਈਵ ਆ, ਹੋਰ ਲਾਈਵ ਹੈ ਨੀ ਕੋਈ ਬਾਈ, ਇੱਕ ਹੀ ਲਾਈਵ ਚੱਲਦਾ ਬਈ ਆਪਣਾ। ਮਨਵੀਰ ਖੁਰਦੜ ਤੇ ਪਵਨ ਖੁਰਦ ਢਾਲੀਆਂ ਪਵਨ ਸਾਡਾ ਵੀਰੋ ਕਹਿੰਦਾ ਜਿਹੜਾ ਨੰਬਰ ਆ ਦੋ ਜੋੜ ਨੂੰ ਲਗਾਤਾਰ ਬਈ ਵਾਲਾ ਖਿਡਾਰੀ ਦੇ ਰੁਪਈਆ ਆਪਾਂ 500 ਦੇ ਰਹੇਗੇ। ਆਹ ਗੱਲਾਂ ਕਿਤੇ ਵੱਡੀਆਂ ਨੇ, ਬਾਲ ਫੇਰ ਆਊਗਾ, ਮੈਨੂੰ ਆਪਾਂ ਲੱਗਦਾ ਵੀ ਅੱਡ ਦੇ ਆਹ ਬਈ ਵਾਲੀ ਮੂਰਤਾਂ ਤੋਂ ਵੀ ਗਵਾਂਢੀ ਪਿੰਡਾਂ ਦੀ ਗੱਲਬਾਤ ਆ, ਸਾਈਡਾਂ ਕਿਤੇ ਤੇਰ ਹੋ ਗਈਆਂ ਲਾਵੀ ਆਸਟ੍ਰੇਲੀਆ ਲਿਆ, ਸਾਈਡਾਂ ਤੇਰ ਹੋ ਗਈਆਂ, ਭਰਾ ਸਾਡਾ ਖੀਰੂ ਆਇਆ ਹੋਇਆ ਪਿਰਤਾ ਨਾਇਕ ਸਾਡਾ ਬਹੁਤ ਵੱਡਾ ਧੰਨਵਾਦ ਹੈ, ਜ਼ਿੰਦਗੀ ਦਾ ਅਧੀਨ ਮਿੱਤਰ ਨਾਲ ਕਹਿੰਦੇ ਧੋਨੀਆ ਲਾਵੀ ਟਿੱਡੀ ਮੈਨੂੰ ਮਿਲੀ ਆ ਗਏ ਟਿੱਡੀ ਲਾਓ ਸਾਹਮਣੇ ਖਾਰੀ ਕਹਿੰਦੇ ਟਿਕਾਣੇ ਲੱਗੀ ਹੋਈ ਆ। ਪੁਆਇੰਟ ਮੇਰੇ ਹਿਸਾਬ ਨਾਲ ਮੇਰੇ 9-3 ਪੁਆਇੰਟ ਹੋਣਗੇ, 9 ਪੁਆਇੰਟ ਪਈਏ ਆ ਤੇ ਉੱਧਰ 3-4 ਆ ਬਈ ਚੈਨੇ ਆਪਦੇ। ਉਧਰ ਪਵਨ ਭਰਾ ਸਾਡਾ ਖੁਰਦਾ ਨਾਲ ਹਰ ਇੱਕ ਸਿੰਗਲ ਹੈਂਡ ਜਿਹੜੀ 100 ਦੀ ਹੋਊਗੀ, ਹਰ ਇੱਕ ਸਿੰਗਲ ਹੈਂਡ ਜਿਹੜੀ 100 ਦੀ ਹੋਵੇਗੀ। ਆਹ ਸਾਹਮਣੇ ਚਰਚੇ ਕਹਿੰਦੇ ਵੱਡੇ ਆ ਮੇਰੇ ਮਿੱਤਰੋ, ਗੱਲਾਂ ਕਹਿੰਦੇ ਟਿਕਾਣੇ ਲੱਗੀਆਂ ਹੋਈਆਂ ਨੇ, ਐਨ ਚਰਚੇ ਹੋ ਜਾਣੇ ਆ, ਜ਼ੋਰ ਲੱਗਿਆ ਮੁੰਡਿਆਂ ਦਾ। ਮੇਰੇ ਵੀਰੋ ਹੋਰ ਨੰਬਰ ਕੌਣ, ਆਹ ਸੁਖਦੀਪ ਕਹਿੰਦੇ ਟਰਾਈ ਕਰਦਾ ਨੰਬਰ ਨੰਬਰ ਬੱਲੇ 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 ਹਾਏ ਮਾਰਿਆ ਰੱਬਾ, ਆਹ ਮਾਰਿਆ ਤੋੜਨੇ ਕੋਈ ਪੱਟੀ ਪੁੱਟੀ ਆ, ਤੈਨੂੰ ਯੂਪੀ ਨੂੰ ਸੱਦਿਆ ਬੜੀ ਦੂਰੋਂ ਆਇਆ ਮੁੰਡਾ ਕਹਿੰਦੇ ਆਹ ਨੰਬਰ ਹੁਣ ਕੌਣ ਜੋੜੂ ਆਪਣੀ ਟੀਮ ਦੇ ਲਈ, ਵੀ ਮੁੱਲ ਪੈਣ ਸ਼ਰੀਰਾਂ ਨੇ ਜਿਹੜੇ ਲਾਉਂਦੇ ਮਿਹਰ ਤੋਂ ਉੱਠ ਕੇ ਤੁਰ ਕੇ ਤੇ ਧਨ ਚੋਰ ਜਵਾਨਾਂ ਦਾ ਲੈ ਜਿਹੜੇ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਦੇ ਕਰਹੀ ਜਾਂਦੇ ਨੇ ਮਨਮਾਨੀ ਰਾਰੇ ਕਿਲੇ ਹੱਥ ਪਾਸੇ ਜਵਾਨੀ ਮਹਿਕੂ ਹੈ ਮਹਿਕੂ ਪੱਟੀ ਤੋੜ ਗਿਆ ਮਹਿਕੂ ਪੱਟੀ ਤੋੜ ਗਿਆ ਫਿਰ ਇਮਰਾਨ ਅਗਲੇ ਦੀ ਨਵੀ ਕਰੀ ਖਬਰ ਚੰਦੇ ਮੌਜੂ ਵਾਕਿਆ ਮਹਿਕੂ ਐਨ ਬੱਲੇ ਬੱਲੇ ਕਰਾ ਰਿਹਾ ਅੱਜ ਮੌਕੇ ਮਿਲੇ ਮੁੰਡੇ ਨੂੰ ਸੀਨੀਅਰ ਟੀਮ ਦੇ ਵਿੱਚ ਤੇ ਗੱਲਾਂ ਲਾਈਆਂ ਟਿਕਾਣੇ ਆਪਾਂ ਤੱਕਦੇ ਵੱਡੀ ਟੀਮ ਹੈ ਬਈਆਲ ਦੀ ਟੀਮ ਇੱਕ ਵੱਡੀ ਟੀਮ ਚੈਣੇ ਵਾਲੀ ਟੀਮ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਹੈ ਐਨ ਟੱਕਰ ਤੇ
ਚੋਟੀ ਦੀ ਜਿਹੜੀ ਖੇਡੀ ਜਾ ਰਹੀ ਹੈ ਮੇਰੇ ਮਿੱਤਰੋ, ਪਰ ਬਾਈਏ ਵਾਲੀਆਂ ਅੱਜ ਰੁਕਣ ਦੇ ਵਿੱਚ ਮੂਡ ਦੇ ਵਿੱਚ ਨਹੀਂ ਗਏ, ਆਪਾਂ ਕਹਿ ਦਈਏ ਐਨ ਰੁਕਣ ਦੇ ਮੂਡ ਦੇ ਵਿੱਚ ਨਹੀਂ ਗਏ। ਔਰ ਵਾਕਿਆ ਜਿੱਦਾਂ ਨੰਬਰਦਾਰ ਬਾਈ ਨੇ ਗੱਲ ਕੀਤੀ ਨਾ, ਵੀ ਆਂਢੀ ਗੁਆਂਢੀ ਜਾਂ ਪਿੰਡਾਂ ਏਰੀਏ ਦਾ ਮੇਲਾ ਹੈ, ਔਰ ਮੁੰਡੇ ਟੌਪ ਦੀ ਪਰਫਾਰਮੈਂਸ ਕਰਕੇ ਦਿਖਾ ਰਹੇ ਮੁੰਡੇ, ਐਨ ਗੱਲਾਂ ਲੱਗੀਆਂ ਹੋਈਆਂ ਟਿਕਾਣੇ ਆਪਾਂ ਕਦੇ ਖੇਡਦੇ ਮੈਦਾਨਾਂ ਦੇ ਅੰਦਰ। ਔਰ ਮੁੰਡੇ ਬਾਈਏ ਵਾਲੀਏ ਬੱਲੇ ਬੱਲੇ ਕਰਾ ਰਿਹਾ ਹੈ, ਲੈ ਵੀ ਜੁਝਾਰ ਹੋ ਰਿਹਾ ਸੈਟ ਮਿੱਤਰਾ, ਪਹਿਲਾਂ ਗਲਤੀਆਂ ਤਕੜਾ ਜਿਹੜਾ ਹੋਣਾ ਪੈਣਾ ਹੈ, ਹੁਣ ਵਾਪਸੀਆਂ ਨਹੀਂ ਕਰਨੀਆਂ ਪੈਣੀਆਂ ਹੈ, ਕਹਿਣਾ ਪੈਣਾ ਸੁਖਦੀਪ ਨੂੰ ਵੀ ਗੱਲਾਂ ਲਾਉਣੀਆਂ ਪੈਣੀਆਂ ਟਿਕਾਣੇ, ਔਰ ਫੇਰ ਗੱਲਾਂ ਲੜੀ ਬਣਨੀਆਂ ਹੈ। ਪੁਆਇੰਟ ਦੱਸਦੇ ਵੀਰੇ, ਇੱਕ ਮਿੰਟ ਰੁਕੋ, ਦੱਸਦੇ ਪੁਆਇੰਟ ਕਿੰਨੇ ਹੋ ਗਏ ਬਾਈ। ਜੱਸਾ ਵੀਰੇ ਰਾਏਕੋਟ ਦੀ ਟੀਮ ਚ ਖੇਡੂ, ਰਾਏਕੋਟ ਦੀ ਟੀਮ ਚ ਜੱਸਾ। ਨਹੀਂ ਨਹੀਂ ਵੀਰੇ, ਸ਼ੇਰੂ ਨਹੀਂ ਆਇਆ, ਲਓ ਸਾਈਡਾਂ ਜਿਹੜੀਆਂ ਚੇਂਜ ਹੋਈਆਂ ਉਸ ਤੋਂ ਬਾਅਦ ਲੈ ਵੀ ਨੰਬਰ ਦੱਸੀ ਜ਼ਰੂਰ ਆਪਾਂ ਇੱਕ ਵਾਰ ਨੰਬਰ ਬਾਈ ਦੀ ਜ਼ਰੂਰ ਦੱਸਾਂਗੇ ਆਪਾਂ। ਕਰ ਗਿਆ ਕਮਾਲ ਬਾਈ ਵਾਲੀ ਚੌਂਟੀ, ਉਹ ਬੱਲੇ ਬੱਲੇ ਬਿੰਦਾ ਭਰਾ ਸਾਡਾ ਕੈਨੇਡਾ ਤੋਂ, ਔਰ ਬਹੁਤ ਵੱਡੇ ਧੰਨਵਾਦ ਨੇ ਬਿੰਦਾ ਬਾਈ ਕੈਨੇਡੇ ਵਾਲਾ, ਤੇ ਬਹੁਤ ਵੱਡੇ ਧੰਨਵਾਦ ਕਰਦੇ ਵਿਸ਼ੇਸ਼ ਤੌਰ ਤੇ ਸਾਡੇ ਕਬਰੇ ਨਾਲ ਜੁੜ ਗਏ ਬਿੰਦਾ ਭਰਾ ਸਾਡਾ ਮੌਲੀ ਕਲਾਂ ਵਾਲਾ, ਤੇ ਵੱਡੇ ਧੰਨਵਾਦ ਜਿਹੜੇ ਕਰਦੇ ਵੀਰ ਨੇ ਇਹਦੇ ਪਾਸੇ। ਆਹ ਟੱਕਰ ਜਿਹੜੀ ਸਿਰੇ ਦੀ ਖੇਡੀ ਜਾ ਰਹੀ ਹੈ ਸੁਤੀਰਾਂ ਵਾਲੀ ਵਾਲੇ, ਤੈਨੂੰ ਦੂਰੋਂ ਸੱਦਿਆ ਹੈ, ਆਉਂਦੇ ਸਮਾਂ ਵੀ ਬਹੁਤ ਲੱਗਿਆ ਹੈ, ਤੇ ਹੁਣ ਜਾਂਦੇ ਜਾਂਦੇ ਵੀ ਕਹਿ ਦਈਏ ਵੀ ਐਨ ਸਮਾਂ ਬਹੁਤ ਲੱਗ ਜਾਣਾ ਹੈ, ਤੇ ਤਕੜਾ ਹੋਣਾ ਪੈਣਾ ਮਿੱਤਰਾ, ਗੱਲਾਂ ਫੇਰ ਬਣਨੀਆਂ, ਔਰ ਮੁੜਨਾ ਪੈ ਗਿਆ ਤੇ ਕੰਮ ਔਖਾ ਹੋਣਾ ਮਿੱਤਰਾ, ਔਰ ਸਾਹਮਣੇ ਤਕੜਾ ਹੋਣਾ ਪੈਣਾ, ਗੱਲਾਂ ਫੇਰ ਬਣਨੀਆਂ। ਮਾਜਰੇ ਦਾ ਛੋਟੂ ਹੈ ਸਾਰਾ ਸਾਰਾ ਮੇਲਾ, ਕਦੀ ਕੋਈ ਫਿਰਲੀ ਬਿਰਲੀ ਗਲਤੀ ਕਰਦਾ ਮੁੰਡਾ, ਡਿਫੈਂਸ ਦਾ ਬਹੁਤ ਪੱਕਾ ਤੇ ਚੋਟੀ ਦਾ ਖਿਡਾਰੀ ਹੈ ਮੇਰੇ ਮਿੱਤਰੋ, ਪਰ ਸਾਹਮਣੇ ਇੱਥੇ ਰੱਖ, ਇੱਥੇ ਰੱਖ ਇਸੇ ਪਿੰਡੇ, ਤੇ ਅੱਜ ਕਹਿ ਦਈਏ ਔਰ ਗੱਲਾਂ ਲਾਈ ਆਉਂਦਾ ਟਿਕਾਣੇ, ਸੋਚਾਂ ਦੇ ਵਿੱਚ ਪਾਈ ਆਉਂਦਾ ਵੱਡਾ, ਔਰ ਸਾਹਮਣੇ ਸੋਚਾਂ ਕੀ ਦੱਸਣਾ ਪੈਣਾ ਮੁੰਡਿਆਂ ਨੂੰ ਕੋਈ ਦਾ ਪੇਟ, ਫੇਰ ਗੱਲਾਂ ਵੱਡੀਆਂ ਹੈ, ਔਰ ਸਾਹਮਣੇ ਫੇਰ ਮਾਜਰੇ ਦਾ ਛੋਟੂ ਤਿਆਰ ਬਰ ਤਿਆਰ ਹੈ, ਸਰਵਿਸ ਜਿਹੜੀ ਹੋ ਗਈ ਆਪਾਂ ਤੱਕਦੇ ਖੇਡਦੇ ਮੈਦਾਨ ਦੇ ਵਿੱਚ ਵੀ ਸੁਬਾਹ ਸ਼ਾਮ ਉੱਠ ਕੇ ਬਦਾਮ ਚੱਪੜੇ ਤੇ ਫੇਰ ਜਾ ਕੇ ਜਿਮ ਦਾ ਸ਼ਿੰਗਾਰ ਬਣਨਾ, ਉਹ ਪੈਂਦੀ ਦਵਾਈਆਂ ਵਾਂਗੂ ਦਿੱਖ ਸਾਹਮਣੀ, ਤੇ ਸੌਖਾ ਨਹੀਂ ਉਹ ਬੰਦਿਆ ਸਾਰ ਬਣਨਾ, ਪੈਂਦੀ ਦਵਾਈਆਂ ਵਾਂਗੂ ਦਿੱਖ ਸਾਹਮਣੀ ਤੇ ਸੌਖਾ ਨਹੀਂ ਉਹ ਬੱਲਿਆ ਸਟਾਰ ਬਣਨਾ। ਉਹਦੇ ਪਾਸੇ ਟੌਪ ਦੀ ਦਾਲ ਜਿਹੜੇ ਲਾ ਦਿੱਤੀ ਆਪਾਂ ਤੱਕ ਰਿਹਾ ਹੈ, ਔਰ ਸਰਵਿਸ ਕਰਨ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਬੁੱਢਾ, ਔਰ ਵੱਡੀ ਟੱਕਰ ਦੇ ਰਹੀ ਵੇ ਇੱਥੋਂ, ਕਹਿ ਰਹੀ ਵੀ ਕੁੱਝ ਨਾ ਕੁੱਝ ਹਿੱਟ ਕਰਨਾ, ਔਰ ਜਿਹੜਾ ਸ਼ੁਰੂ ਪੈਣਾ ਸੀਰਾਂ ਵਾਲੀ ਵਾਲਿਆ ਇੱਥੇ ਰੱਖ ਕਮਾਲ, ਔਰ ਜਿਹੜੀ ਕਰ ਦਿੱਤੀ ਆਪਾਂ ਤੱਕ ਰਹੇ ਕਮਾਲ ਜਿਹੜੀ ਕਰ ਦਿੱਤੀ ਉਸ ਤੀਰਾਂ ਵਾਲੀਆਂ ਵਾਲ ਵੀ ਆਪਾਂ ਕਦੇ ਜਦੋਂ ਜਦੋਂ ਜਾਂਦਾ ਹਰਿਆਣੇ ਦੇ ਵਿੱਚ ਤੇ ਗੱਲਾਂ ਲਾਉਂਦਾ ਟਿਕਾਣੇ, ਪਰ ਸਾਹਮਣੇ
ਬਈ ਵਾਲੀ ਚੋਟੀ ਕਹਿੰਦਾ ਵੀ ਇਲਾਕਾ ਜ ਸਾਡਾ ਹੈ। ਔਰ ਸਾਹਮਣੇ ਤਮਾਮ ਦੇ ਲਈ ਫੇਰ ਕਰ ਗਿਆ ਮੁੰਡਾ। ਦੋ ਚ ਮੈਚ ਦੱਸੋ ਜੀ ਹਾਲੇ ਚੱਲਦਾ ਜਾਂ ਸਮਾਪਤ ਹੋ ਗਿਆ ਜੀ? ਚੱਲਦਾ ਹਾਲੇ ਮੈਨੂੰ ਲੱਗਦਾ। ਰਾਏਕੋਟ ਦੋ ਨੰਬਰ ਗਰਾਊਂਡ ਤੇ, ਪਰ ਸਾਹਮਣੇ ਇਧਰਲੇ ਪਾਸੇ ਤਿਆਰੀ ਕਿੱਦਣੀ ਪੈਣੀ ਹੈ, ਫੇਰ ਗੱਲਾਂ ਜਿਹੜੀ ਬਣਦੀਆਂ। ਕਰ ਦੋ ਵੀਰੇ ਸ਼ੇਅਰ ਕਰ ਦੋ। ਬਹੁਤ ਤਕੜਾ ਮੈਚ ਲੱਗਿਆ ਗਾ। 4-11 ਪੁਆਇੰਟ ਆ ਬਾਈ, 4-12 ਪੁਆਇੰਟ ਆ ਬਾਈ, 4-12 ਰਾਏਕੋਟ ਦਾ ਮੈਚ ਜਦੋਂ ਹੋਇਆ ਦੱਸਾਂਗੇ ਵੀਰੇ, ਹਜੇ ਬੋਲੇ ਨੀ। ਰਾਏਕੋਟ ਦਾ ਮੈਚ ਸ਼ਾਇਦ 2 ਨੰਬਰ ਗਰਾਊਂਡ ਚ ਹੋਵੇ। ਗੰਗੋਰਾ ਦਾ ਮੈਚ ਹੋਣਾ ਵੀਰੇ, ਫਸਟ ਰਾਊਂਡ ਜਿੱਤ ਗਈ ਸੀ ਗੰਗੋਰਾ ਟੀਮ, ਦੂਜੇ ਰਾਊਂਡ ਦਾ ਮੈਚ ਹੋਊ ਅਜੇ ਪ੍ਰੀ ਕੁਆਟਰ ਦਾ। 12 ਪੁਆਇੰਟ ਬਈਏਵਾਲ ਕੇ ਬਾਈ, ਬਈਏਵਾਲ ਟੀਮ ਕੇ 12 ਪੁਆਇੰਟ ਹੈ। ਆਨੰਦਗੜ੍ਹ ਦੀ ਟੀਮ ਹੈਗੀ ਆ ਵੀਰੇ। ਪ੍ਰੀ ਕੁਆਟਰ ਚੱਲਦਾ ਵੀਰੇ, ਪ੍ਰੀ ਕੁਆਟਰ ਦਾ ਮੈਚ ਹੈ। ਦੂਸਰੀ ਟੀਮ ਚੈਨੇ ਵਾਲ ਕੀ ਆ ਬਾਈ, ਆਨੰਦਗੜ੍ਹ ਦਾ ਮੈਚ ਹੋਣਾ ਵੀਰੇ, ਹਜੇ ਫਸਟ ਰਾਊਂਡ ਦਾ ਤਾਂ ਹੋ ਗਿਆ ਸੀ ਮੈਚ, ਜਿੱਤ ਗਈ ਸੀ ਪਹਿਲਾ ਰਾਊਂਡ ਬਾਈ। ਆਹ ਫੇਰ ਮਨਾਂ ਦੇ ਰੇਤ ਤੇ
ਦੇਖਦੇ ਆ ਬਾਈ ਕੀ ਬਣਦਾ, ਯਾਨੀ ਕਿ ਧੁੰਦ ਤਾਂ ਅੱਜ ਟਾਈਮ ਨਾਲ ਹੀ ਆ ਗਈ, ਦੇਖਦੇ ਆ ਕੀ ਬਣਦਾ ਮੈਚਾਂ ਦਾ। ਅਜੇ ਪ੍ਰੀ ਕੁਆਟਰ ਚੱਲੀ ਜਾਂਦੇ ਆ। ਫਸਟ ਪ੍ਰਾਈਜ਼ ਵੀਰੇ 25,000 ਆ। ਸਕੋਰ ਵੀਰੇ ਉੱਧਰ 7-8 ਆ, ਇੱਧਰ 12 ਕੇ ਬਿਗਿਆਲ ਦੇ। ਜੱਸਾ ਆਇਆ ਵੀਰੇ, ਆਇਆ ਵੀਰੇ ਜੱਸਾ ਵੀ ਆਇਆ, ਰਾਏਸਰ ਜੱਸਾ ਆਇਆ, ਰਾਏਪੁਰ ਦੀ ਟੀਮ 'ਚ ਖੇਡੂ ਬਈ। ਫਸਟ ਪ੍ਰਾਈਜ਼ 25,000 ਆ ਬਾਈ, 25,000। ਮੈਚ ਦਾ ਆਨੰਦ ਮਾਣੋ, ਕਰ ਦੋ ਸ਼ੇਅਰ, ਬਹੁਤ ਤਗੜਾ ਮੈਚ ਲੱਗਿਆ ਬਾਈ। ਨਹੀਂ ਬਾਈ ਸੁਰੇਸ਼ ਨਹੀਂ ਆਇਆ, ਜੱਸਾ ਆਇਆ ਹੈ ਬਾਈ, ਜੱਸਾ ਆਇਆ ਹੈ। ਪ੍ਰਾਈਜ਼ ਮੇਰੇ 25,000 ਹੈ ਫਸਟ ਪ੍ਰਾਈਜ਼। ਸਚਿਨ ਆਇਆ ਬਾਈ, ਸਚਿਨ ਕਾ ਮੈਚ ਹੀ ਚੱਲੀ ਜਾਂਦਾ ਬਾਈ। ਇਹ ਦੂਸਰੀ ਸਾਈਡ ਸਚਿਨ ਕੀ ਟੀਮ ਹੈ ਬਾਈ, ਚੈਨੇ ਵਾਲ ਕੀ ਟੀਮ। ਬਾਲ ਆ ਯਾਰ ਚੌਂਟੀ, ਰਾਏਕੋਟ ਹੈਗੀ ਆ ਲਾਡੀ, ਰਾਏਕੋਟ ਦੀ ਟੀਮ ਵੀ। ਬਾਈ ਪੁਆਇੰਟ ਕੀ ਹੋ ਗਏ, ਛੋਟੂ ਛੋਟੂ ਚੌਦਾਂ ਛੇ ਪੁਆਇੰਟ ਹੈ ਬਾਈ, 6-7 ਉੱਧਰ ਬਿਗਿਆਲ ਦੀ ਟੀਮ ਦੇ, 14 ਪੁਆਇੰਟ ਹੈ ਉੱਧਰ, 6-7 ਆ ਚੈਨੇਵਾਲ ਦੇ ਬਾਈ। ਅਜੀਮ ਦੀ ਤਰ੍ਹਾਂ ਨਹੀਂ ਆਇਆ ਬਾਈ, ਲਾਡੀ ਪ੍ਰੀ ਕੁਆਟਰ ਦਾ ਮੈਚ ਚੱਲੀ ਜਾਂਦਾ, ਪ੍ਰੀ ਕੁਆਟਰ। ਜੱਸਾ ਬਿਪਨ ਸ਼ਰਮਾ, ਜੱਸਾ ਆਇਆ ਬਾਈ, ਆਇਆ ਆਇਆ ਜੱਸਾ ਬਾਈ, ਰਾਏਪੁਰ ਦੀ ਟੀਮ 'ਚ ਖੇਡ ਰਿਹਾ ਹੈ। ਯੂਪੀ ਸ਼ਾਸਤਰੀ ਨਹੀਂ ਆਇਆ ਬਾਈ, ਬਾਲ ਯਾਰ ਲਾਡੀ, ਬਹੁਤ ਤਗੜੀ ਬਾਲ ਮਾਰੀ ਲਾਡੀ ਨੇ ਬਾਈ।